سلیس کا ناصر بہت تک سمجھا ہی نہیں سکتا کہ میں نے چکی چلا مانا تھا ہر
அளிக்கின்ற பாதவியில் வைக்கப்பட்ட அலாவ அலியும் மென்னூரின் வாக்கில் மேத் மேரா பிரா அலி அசனு ஹிக் நூரி ஜோய் ஜோ சோனா ஜோ சுனதே பேரே ஜுமலா மே சோனா முனாசிப் நீ சமஜேந்தா நபி ஃபர்மாதே ஹே சப் பேலே அஸ்மான் தே கட்டி ரஹே பூஜே தே கட்டி வலிமே தே கட்டி சத்ரே தே கட்டி ஆர்ஷ் தே கட்டி உஜ் நியா வாஸ்தே ஜுதா ஹோ கயா சே பஸ் சாரி முலாகாத் ஹோ கயி கீமே மே அப்துல்லா தே ஹர اچھا بچے تھا کوئی قریب بیٹھا کے رہتا ہوتا ہے دو
ਜਿਹੜੇ ਸਹੀ ਬੰਦੇ ਹੁੰਦੇ ਉਹ ਦੋ ਚੀਜ਼ਾਂ ਨੇ ਹਰ ਬੰਦੇ ਦਾ ਦਿਮਾਗ ਤਾਂ ਇੱਕੋ ਜਿਹਾ ਨਹੀਂ ਹਰ ਬੰਦੇ ਦੀ ਸੋਚ ਹਯਾਤ ਵੀ ਇੱਕੋ ਜਿਹਾ ਨਹੀਂ ਜਿਤਨੇ ਨਾਂ ਨਾਂ ਵੱਖਰੇ ਵੱਖਰੇ ਨਾਂ ਹੈ ਔਰ ਉਹ ਜ਼ਿਹਨ ਵੱਖਰੇ ਵੱਖਰੇ ਔਰ ਉਹ ਮਿਜ਼ਾਜ ਵੱਖਰੇ ਔਰ ਉਹ ਤਬੀਅਤ ਵੱਖਰੀ ਔਰ ਉਹ ਹਸੀਅਤ ਵੱਖਰੀ ਜਿਹੜੇ ਸਹੀ ਬੰਦੇ ਆਉਂਦੇ ਜਿਸ ਇੱਜ਼ਤ ਵਾਲੇ ਮਹਿਫਲ ਵਿੱਚ ਬੈਠੇ ਆਉਂਦੇ ਅਗਰ ਉਹ ਕਿਸੇ ਦੀ ਤਾਰੀਫ ਵੀ ਆ ਕਰੇ ਤਾਂ ਹੋਵੇ ਤੋ ਤਾਰੀਫ ਕਰਨ ਵਾਲੇ ਦਾ ਮਕਾਮ ਦੇਖ ਸਕ ਨੰਬਰ ਦੋ ਵੱਧ ਦੇਖ ਸਕ ਜਿਸ ਦੇ ਮੁਤਲਿਕ ਆਪ ਆਖੀ ਹੈ ਕਿਆ ਇਹ ਚੀਜ਼ਾਂ ਉਹਦੇ ਵਿੱਚ ਬਾਕੀਆਂ ਰਹਿੰਦੀਆਂ shot
ਪੈ ਜਾਂਦਾ ਹੈ। ਇਹ ਸੱਜਾ ਹੱਥ ਰੱਖਦੀ ਹੈ ਇੱਥਾਂ ਇਸ਼ਾਰੇ ਦੀ ਕਦਰ ਕਰੇ, ਉੱਤੇ ਰੱਖਦੀ ਹੈ ਇਹ ਖੱਬਾ ਹੱਥ। ਜ਼ੋਰ ਇਹ ਪਾ ਲਿਆ ਧੀ ਨਬੀ ਦੀ। ਅਲੀ ਫਰਮਾਵੇ ਨਾ ਬਤੂਲ ਜਿਹੜੇ ਮੈਂ ਆਉਂਦਾ ਨਾ ਔਖੀ ਥੀ ਦੀ ਮੇਰੀ ਤਾਜ਼ੀਮ ਵਾਸਤੇ ਉੱਠੀ ਨੇ ਨਾ ਉੱਠੋ। ਮੈਂ ਅਲੀ ਕਿਆਮਤ ਤੱਕ ਜ਼ਹਰਾ ਤੇਰੇ ਤੇ ਰਾਜ਼ੀ ਹਾਂ। ਮੈਂ ਤਾਜ਼ੀਮ ਜਿਹੜੀ ਮੇਰੀ ਤੂੰ ਕਰਦੀ ਮੈਂ ਤੇਰੇ ਤੇ ਤਾਜ਼ੀਮ ਮਾਫ਼ ਕੀਤੀ ਹੈ। ਹਾਏ ਕਰ ਛੁੜੇ ਅਦਬ ਦਾ ਸਰ ਝੁਕਾ ਕੇ ਆ ਗਈ ਯਾਰ ਜੀ ਤੁਹਾਡਾ ਇਹਸਾਨ ਹੈ ਲੇਕਿਨ ਮੈਨੂੰ ਸ਼ਰਮ ਆਉਂਦਾ ਹੈ। ਮੰਗਣਾ ਨਾ ਸਰੀ ਮਾਂ
ਸਿਰਫ ਪੜ੍ਹਦਾ ਰਹਿਣਾ ਲੇਕਿਨ ਮੈਂ ਜਦ ਕਦਮ ਕਰਾਂ ਜਦਾਂ ਇਹੋ ਜਿਹਾ ਮਾਹੌਲ ਬਣ ਵਜੇ ਜਮਾਲਾ ਦੇ ਹੀ ਬੀਬੀ ਜਿਹੜੇ ਸਫੈਦ ਵਾਲ ਉਹ ਲਾਸ਼ਾਂ ਦੇ ਪਾਸੇ ਦੌੜ ਪਈ ਹੈ ਮੈਨੂੰ ਲਿਖਿਆ ਹੈ ਰਸੂਲ ਪਿੱਛੋਂ ਹੰਗਲ ਲੈਂਦੀ ਹੈ ਫਰਮਾਇਆ ਨਾ ਖਾਦੀ ਜਾ ਕਿਤੇ ਪਈ ਵੇਂਦੀ ਹੈ ਰੋ ਰੋ ਕੇ ਪਈ ਆਦੀ ਹੈ ਸ਼ਾਹ ਉਮਰੇ ਕੀ ਤਨ ਹੁਸੈਨ ਜਦਾਂ ਮੱਕਾ ਵੇ ਆ ਮੇਰੀ ਕਬਰ ਤੇ ਆਂਦਾ ਜਦਾਂ ਆਖਰੀ ਦਫਾ ਹੈ ਮੋਹਰ ਮੈਂ ਮੈਂ ਕਬਰ ਚ ਪੁੱਛੇ ਰੋਂਦਾ ਕਿਉਂ ਆਇਆ ਤੇ ਨਾ ਹੀ ਅੱਜ ਦਾਵਤ ਨੇ ਮਨਾਇਆ ਚੰਦ ਕਦਮ ਦੂਰ ਰੁਕ ਗਈ ਆਖਰੀ ਜਮਲਾ ਮੈਨੂੰ